ਇੱਕ ਪਾਸੇ ਲੁਧਿਆਣਾ ਦੇ ਵਿੱਚ ਲਗਾਤਾਰ ਕਰੋਨਾ ਮਹਾਮਾਰੀ ਕਰਕੇ ਮੌਤਾਂ ਦਾ ਅੰਕੜਾ ਅਤੇ ਮਰੀਜ਼ ਵਧਦੇ ਹੀ ਜਾ ਰਹੇ ਨੇ। ਉੱਥੇ ਹੀ ਲੁਧਿਆਣਾ ਦੇ ਵਿੱਚ ਸਾਊਥ ਸਿਟੀ ਦੇ ਹੋਟਲ ਵਿੱਚ ਕੁਝ ਰਹੀਸ ਜਾਦਿਆਂ ਦੀ ਪੂਲ ਅਤੇ ਸ਼ਰਾਬ ਪਾਰਟੀ ਤੇ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕੀਤੀ ਗਈ। ਜਮ ਕੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਸੰਬੰਧੀ ADCP ਸਮੀਰ ਵਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ 54 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ 28 ਬੋਤਲਾਂ ਸ਼ਰਾਬ, 5 ਪੇਟੀਆਂ ਬੀਅਰ ਅਤੇ 2 ਹੁੱਕੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਸਾਰੇ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੁਦਰਤੀ ਆਪਦਾ ਸਣੇ ਅਬਕਾਰੀ ਐਕਟ ਲਗਾਇਆ ਗਿਆ ਹੈ। ਇਹਨਾਂ ਅਮੀਰ ਜਾਦਿਆਂ ਦੀ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਪੁਲਿਸ ਵੱਲੋਂ ਵੀ ਬਣਾਈ ਗਈ ਹੈ। ਕਾਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਕਿ ਕੱਲ੍ਹ ਅਸੀਂ ਰਾਤ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਪੀਐਸ ਸਰਵਾ ਨਗਰ ਦੇ ਏਰੀਆ ਵਿੱਚ ਇੱਕ ਪੂਲ ਪਾਰਟੀ ਹੋ ਰਹੀ ਹੈ ਅਤੇ ਉਹਦੇ ਵਿੱਚ ਅਸੀਂ ਸਬ ਡਿਵੀਜ਼ਨ ਵੈਸਟ ਦੇ ਸਾਰੇ SHO ਇੰਕਲੂਡਿੰਗ ACG ਵੈਸਟ ਵੱਲੋਂ ਰੇਡ ਕੀਤੀ ਗਈ ਅਤੇ ਜਿਹੜਾ ਮੌਕੇ 'ਤੇ ਸਾਨੂੰ ਮੂਨ ਵਾਕ ਰੈਸਟੋਰੈਂਟ ਵਿੱਚ ਉੱਥੇ 50 ਤੋਂ 55 ਬੰਦੇ ਜਿਹੜੇ ਪਾਰਟੀ ਕਰ ਰਹੇ ਸੀਗੇ ਉਹ ਮੌਕੇ 'ਤੇ ਮਿਲੇ ਅਤੇ ਇਹਦੇ ਵਿੱਚ ਅਸੀਂ FIR ਨੰਬਰ 166 ਰਜਿਸਟਰ ਕੀਤੀ ਹੈ ਸਰਾਭਾ ਨਗਰ ਥਾਣੇ ਅੰਡਰ ਸੈਕਸ਼ਨ 188-269 IPC 51 ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਨਾਲ ਸੈਕਸ਼ਨ 61 ਐਕਸਾਈਜ਼ ਐਕਟ। ਮੌਕੇ 'ਤੇ ਲੋਕ ਜਿਹੜੇ ਪਾਰਟੀ ਕਰ ਰਹੇ ਸੀਗੇ ਇਹਨਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀਗਾ ਅਤੇ ਸੋਸ਼ਲ ਡਿਸਟੈਂਸਿੰਗ ਨੋਰਮਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀਗੀ। ਨਾਲ ਕਿ ਜਿਹੜਾ ਇਹ ਓਨਰ ਸੀਗਾ ਰੈਸਟੋਰੈਂਟ ਦਾ ਇਹਦੇ ਵੱਲੋਂ ਵਿਦਆਊਟ ਲਾਇਸੈਂਸ ਸ਼ਰਾਬ ਪਿਲਾਈ ਜਾ ਰਹੀ ਸੀਗੀ ਅਤੇ ਨਾਲ ਉੱਥੇ ਹੁੱਕਾ ਵੀ ਮੌਜੂਦ ਸੀਗਾ। ਇਸ ਕਰਕੇ ਇਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਕੀਤੀ ਹੈ। ਜਿਹੜਾ ਮੂਨ ਵਾਕ ਰੈਸਟੋਰੈਂਟ ਹੈ ਇਹਦਾ ਮਾਲਿਕ ਕਮਲਪ੍ਰੀਤ ਸਿੰਘ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਨਾਲ ਜਿਹੜੇ ਹੋਰ ਉੱਥੇ ਮੌਜੂਦ ਨੇ ਗੈਸਟ ਬੁਲਾਏ ਹੋਏ ਸੀਗੇ ਪਾਰਟੀ ਔਰਗਨਾਈਜ਼ ਸੀਗਾ ਕਰ ਰਿਹਾ ਸੀਗਾ ਉਹਨਾਂ ਸਾਰਿਆਂ ਨੂੰ ਵੀ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਵਿੱਚ ਜਿਹੜੀ ਪੁਲਿਸ ਵੱਲੋਂ ਬਰਾਮਦਗੀ ਹੈ ਉਹ 5 ਬੋਤਲਾਂ ਸ਼ਰਾਬ ਦੀਆਂ ਹੈਗੀਆਂ, 5 ਪੇਟੀਆਂ ਬੀਅਰ ਦੀਆਂ ਅਤੇ 2 ਹੁੱਕੇ। ਅਤੇ ਮੇਰੀ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੂਰੇ ਪੰਜਾਬ ਵਿੱਚ ਲੁਧਿਆਣਾ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਕੇਸਿਸ ਆ ਰਹੇ ਨੇ। ਇਸ ਕਰਕੇ ਜਿਹੜੀਆਂ ਗੌਰਮੈਂਟ ਦੀਆਂ ਕੋਵਿਡ ਸੰਬੰਧੀ ਗਾਈਡਲਾਈਨਸ ਹੈ ਉਹਦੀ ਪਾਲਣਾ ਕੀਤੀ ਜਾਵੇ ਕਿ ਜਿਹੜਾ ਨਾਈਟ ਕਰਫਿਊ ਹੈ ਉਸ ਤੋਂ ਪਹਿਲਾਂ ਆਪਣੇ ਘਰ ਦੇ ਅੰਦਰ ਵੜ ਜਿਆ ਜਾਵੇ, ਉਸ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਿਆ ਜਾਵੇ। ਅਦਰਵਾਈਜ਼ ਜੋ ਵੀ ਕੋਵਿਡ ਦੇ ਜਿਹੜੀ ਗਾਈਡਲਾਈਨਸ ਨੇ ਜਾਂ ਲਾਅ ਹੈ ਉਹਦੀ ਉਲੰਘਣਾ ਕਰੇਗਾ ਜਾਂ ਲਾਅ ਨੂੰ ਬ੍ਰੇਕ ਕਰੇਗਾ ਤਾਂ ਪੁਲਿਸ ਵੱਲੋਂ ਫਿਊਚਰ ਵਿੱਚ ਵੀ ਸਟ੍ਰਿਕਟ ਐਕਸ਼ਨ ਲਿਆ ਜਾਵੇ। ਬੁਲੰਦ ਟੀਵੀ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।